ਦੂਣੀ ਅਤੇ ਦੋ ਦੂਣੀ 'ਚ ਸਾਨੂੰ ਸਾਰਿਆਂ ਨੂੰ ਜਦੋਂ ਪਹਾੜੇ ਸਿਖਾਏ ਜਾਂਦੇ ਨੇ ਅਤੇ ਮੈਥ ਸਿਖਾਇਆ ਜਾਂਦਾ ਅਤੇ ਸਕੂਲ ਦੇ ਵਿੱਚ ਇਹੀ ਸਿਖਾਇਆ ਜਾਂਦਾ ਹੈ ਕਿ ਇੱਕ ਦੂਣੀ ਹੁੰਦੀ ਹੈ ਅਤੇ ਦੋ ਦੂਣੀ ਚਾਰ ਹੁੰਦੀ ਹੈ। ਪਰ ਇੱਕ ਮੂਵੀ ਰਿਲੀਜ਼ ਹੋਈ ਹੈ ਜਿਹੜੀ ਕਿ ਇਸ ਨੇ ਪਹਾੜੇ ਨੂੰ ਥੋੜ੍ਹਾ ਜਿਹਾ ਉਹਨੇ ਵੱਖਰਾ ਕਰ ਦਿੱਤਾ ਹੈ ਅਤੇ ਮੂਵੀ ਦਾ ਨਾਮ ਹੈ ਜੀ 2x5। ਜਦੋਂ ਮੈਂ ਇਸ਼ਾਰਾ ਕਰ ਰਹੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤ ਮਾਨ ਜਿਹੜੇ ਨੇ ਮੇਨ ਲੀਡ ਦੇ ਵਿੱਚ ਇਹਦੇ ਵਿੱਚ ਨਜ਼ਰ ਆ ਰਹੇ ਨੇ। ਸੋ ਮੂਵੀ ਨੂੰ ਜਿਹੜਾ ਪ੍ਰੋਡਿਊਸ ਕੀਤਾ ਹੈ ਉਹ ਜੀ ਬਾਦਸ਼ਾਹ ਨੇ ਪ੍ਰੋਡਿਊਸ ਕੀਤਾ ਹੋਇਆ। ਸੋ ਮੂਵੀ ਜਿਹੜੀ ਇਹਨੂੰ ਲੈ ਕੇ ਕਾਫੀ ਜ਼ਿਆਦਾ ਐਕਸਪੈਕਟੇਸ਼ਨਸ ਰੱਖੀਆਂ ਜਾ ਰਹੀਆਂ ਨੇ। ਕਾਫੀ ਜ਼ਿਆਦਾ ਕਾਮੇਡੀ ਰੋਲ ਜਿਹੜੇ ਨੇ ਉਹ ਵੀ ਇਹਦੇ ਵਿੱਚ ਜਿਹੜੇ ਨੇ ਦਿਖਾਏ ਗਏ ਨੇ। ਕਾਮੇਡੀ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਅਤੇ ਮੂਵੀ ਦਾ ਸਬਜੈਕਟ ਜਿਹੜਾ ਹੈ ਉਹ ਪਰਸਨਲੀ ਮੈਨੂੰ ਬਹੁਤ ਇੰਟਰਸਟਿੰਗ ਲੱਗਾ ਹੈ ਕਿ ਐਜੂਕੇਸ਼ਨ ਤੋਂ ਬਾਅਦ ਜਦੋਂ ਅਸੀਂ ਐਕਚੁਅਲ ਲਾਈਫ ਦੇ ਵਿੱਚ ਜਾਂਦੇ ਹਾਂ ਤਾਂ ਉਦੋਂ ਜਾ ਕੇ ਸਾਨੂੰ ਸਮਝ ਆਉਂਦਾ ਹੈ ਕਿ ਲਾਈਫ ਜਿਹੜੀ ਹੈ ਉਹ 2x4 ਦੇ ਹਿਸਾਬ ਨਾਲ ਨਹੀਂ ਚੱਲਦੀ ਬਲਕਿ 2x5 ਦੇ ਹਿਸਾਬ ਦੇ ਨਾਲ ਚੱਲਦੀ ਹੈ। ਸੋ ਸਬਜੈਕਟ ਤਾਂ ਬਹੁਤ ਵਧੀਆ ਚੁਣਿਆ ਹੈ ਪਰ ਮੂਵੀ ਜਿਹੜੀ ਹੈ ਕਿੰਨਾ ਕੁ ਬੰਨ ਪਾਈ ਹੈ ਆਡੀਅੰਸ ਨੂੰ ਅਤੇ ਆਡੀਅੰਸ ਨੂੰ ਕਿੰਨੀ ਕੁ ਜ਼ਿਆਦਾ ਪਸੰਦ ਆਈ ਇਹ ਸਾਨੂੰ ਉਹੀ ਦੱਸਣਗੇ ਜਿਹੜੇ ਫਸਟ ਡੇ ਇਹਦਾ ਫਸਟ ਸ਼ੋਅ ਦੇਖਣ ਆਏ ਨੇ। ਸੋ ਉਹਨਾਂ ਨੂੰ ਪੁੱਛਦੇ ਹਾਂ ਕਿ 2x5 ਯਾਨੀ ਕਿ 5 ਸਟਾਰ ਇਹ ਮੂਵੀ ਐਟਲੀਸਟ ਲੈ ਪਾਈ ਹੈ ਕਿ ਨਹੀਂ, ਉਹ ਲੋਕਾਂ ਨੂੰ ਕਿੰਨੀ ਕੁ ਪਸੰਦ ਆਈ ਹੈ ਇਹ ਮੂਵੀ ਇਹ ਸਾਨੂੰ ਜਿਹੜੇ ਆ ਉਹ ਲੋਕ ਦੱਸਣਗੇ ਅਤੇ ਆਓ ਆਡੀਅੰਸ ਤੋਂ ਲੈਂਦੇ ਹਾਂ ਇਹਦੇ ਰਿਵਿਊ। ਕਿਵੇਂ ਦੀ ਲੱਗੀ ਮੂਵੀ? ਅੱਛੀ ਸੀਗੀ, ਬਹੁਤ ਅੱਛੀ ਮੈਮ। 5 ਸਟਾਰ ਰੇਟਿੰਗ, ਵਧੀਆ ਸੀ, ਬਹੁਤ ਵਧੀਆ ਸੀ। ਓਕੇ ਰਿਪੋਰਟ, ਵਧੀਆ ਬੜੀਆ ਸੀ, ਬਹੁਤ ਵਧੀਆ, ਬਹੁਤ ਵਧੀਆ। ਬਟ ਲੋਕਾਂ ਨੂੰ ਆਉਣਾ ਚਾਹੀਦਾ ਸੀਗਾ ਦੇਖਣ। ਵਧੀਆ, ਬਹੁਤ ਵਧੀਆ, ਬਹੁਤ ਵਧੀਆ ਮੈਡਮ। ਫਿਲਮ ਬੋਰਿੰਗ ਆ, ਫਿਲਮ ਸਟ੍ਰੈਕਟ ਬਹੁਤ ਅੱਛਾ ਚੁਣਿਆ, ਐਜੂਕੇਸ਼ਨ 'ਤੇ ਫਿਲਮ ਬਣਾਈ ਆ, ਲੇਕਿਨ ਫਿਲਮ ਹਿੱਟ ਨਹੀਂ, ਫਿਲਮ ਪਲੋਪ ਆ। 5 ਜੋਸਾਂ ਤੋਂ ਇਹ 2 ਪੁਆਇੰਟ ਮੈਂ ਦੇ ਸਕਦਾ। ਬੋਰਿੰਗ ਆ ਮੂਵੀ, ਬਿਲਕੁਲ ਬੋਰਿੰਗ ਮੂਵੀ ਆ। ਇੰਟਰਟੇਨਮੈਂਟ ਨਹੀਂ, ਗਾਣੇ ਨਹੀਂ ਆਏ ਫਿਲਮ 'ਚ, ਫੋਟੋਗ੍ਰਾਫੀ ਅੱਛੀ ਹੈ, ਐਕਟਿੰਗ ਅੱਛੀ ਹੈ, ਫਿਲਮ ਬੋਰਿੰਗ ਆ। ਸਟ੍ਰੈਕਟ ਬਹੁਤ ਅੱਛਾ ਚੁਣਿਆ, ਲੇਕਿਨ ਇੰਟਰਟੇਨਮੈਂਟ ਤਾਂ ਹੋਣਾ ਚਾਹੀਦਾ। ਇਹਦਾ ਅਰਦਾਸ ਫਿਲਮ ਕਿੰਨੀ ਅੱਛੀ ਸੀ, ਉਹਦੇ ਮੁਕਾਬਲੇ ਫਿਲਮ 0 ਆ, 0 ਫਿਲਮ ਪਲੋਪ ਆ। ਤਾਂ ਮੂਵੀ ਨੂੰ ਦੇਖਣ ਆਡੀਅੰਸ ਘੱਟ ਆਈ ਹੈ, ਉੱਥੇ ਹੀ ਜਿਹੜੀ ਜ਼ਿਆਦਾਤਰ ਆਡੀਅੰਸ ਸੀਗੀ ਉਹਦੇ ਰਿਵਿਊਜ਼ ਜਿਹੜੇ ਸੀਗੇ ਉਹ ਇਹੀ ਸੀ ਕਿ ਉਹਨਾਂ ਨੂੰ ਮੂਵੀ ਜ਼ਿਆਦਾ ਪਸੰਦ ਨਹੀਂ ਆਈ। ਕੁਛ ਕੁ ਨੂੰ ਜੇ ਗੱਲ ਕਰੀਏ ਤਾਂ ਕੁਛ ਨੂੰ ਇਹ ਮੂਵੀ ਜਿਹੜੀ ਆ ਉਹ ਕਿਸੇ ਹਾਲ ਤੱਕ ਠੀਕ ਵੀ ਲੱਗੀ ਹੈ, ਪਰ ਜੇਕਰ ਓਵਰਆਲ ਵਿਊਜ਼ ਦੇਖੇ ਜਾਈਏ ਤਾਂ ਮੂਵੀ ਜਿਹੜੀ ਆ ਉਹ ਠੀਕ ਠਾਕ ਹੀ ਪ੍ਰਦਰਸ਼ਨ ਕਰ ਪਾਈ ਹੈ ਪਰਦੇ 'ਤੇ। ਸੋ ਜੇਕਰ ਤੁਸੀਂ ਇਹ ਮੂਵੀ ਦੇਖ ਕੇ ਆਓ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਕਿ ਤੁਹਾਨੂੰ ਇਹ ਮੂਵੀ ਕਿਵੇਂ ਦੀ ਲੱਗੀ ਹੈ। ਕੈਮਰਾਮੈਨ ਰਵੀ ਬੰਗਾ ਦੇ ਨਾਲ ਜਸਦੀਪ ਕੌਰ ਗਿੱਲ, TV ਪੰਜਾਬ, ਜਲੰਧਰ।